ਅਸੀਂ ਇੱਕ ਦਾਨ ਕਹਿੰਦੇ ਇਸ ਕੁਰਬਾਨੀਆਂ ਦੇਣ ਨੂੰ ਤਿਆਰ ਹਾਂ, ਅਸੀਂ ਉਮਰ ਮਿਟਣ ਨੂੰ ਵੀ ਤਿਆਰ ਹਾਂ, ਅਸੀਂ ਮਰ ਜਾਾਂਗੇ, ਮੱਚ ਜਾਾਂਗੇ ਇੱਥੇ ਜਿੰਨਾ ਟਾਈਮ ਸਾਡਾ ਫੈਸਲਾ ਕੋਈ ਨਹੀਂ। ਜਿਹੜਾ 5 ਕਿਲੋਮੀਟਰ ਮੰਡੀ ਆ ਜਾਂ 10 ਕਿਲੋਮੀਟਰ ਤੱਕ ਦਾ ਖਰਚਾ ਨਹੀਂ ਚੱਲ ਸਕਦਾ, ਜਿਹੜਾ ਕਿਸਾਨ ਉਹ ਬਾਹਰਲੇ ਪ੍ਰਦੇਸ਼ਾਂ ਦੇ ਵਿੱਚ ਅਰੁਣਾਚਲ ਉੜੀਸਾ ਦੇ ਪ੍ਰਦੇਸ਼ਾਂ ਵਿੱਚ ਕਿੱਥੋਂ ਆਪਦੀ ਫਸਲ ਵੇਚ ਦੂਗਾ। 2020 ਇਹ ਬਿੱਲ ਨਾਲ ਇਹਨੇ ਜਿਹੜੀ ਆਪਣੇ ਸਰਕਾਰੀ ਬਿਜਲੀ ਉਹ ਤੋੜ ਦੇਣੀ ਹੈ ਤੇ ਪ੍ਰਾਈਵੇਟ ਘਰਾਣਿਆਂ ਨੂੰ ਬਿਜਲੀ ਸੌਂਪ ਦੇਣੀ ਆ। ਇਹ ਸੰਘਰਸ਼ ਦਾ ਬਾਈ ਜਿੰਨਾ ਚਿਰ ਇਹ ਕੋਈ ਇਹਦਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਇਹ ਚੱਲਣਾ ਹੈ। ਬਾਕੀ ਜਿਵੇਂ ਸਾਡੇ ਪ੍ਰਧਾਨ ਜਾਂ ਉਸਨੂੰ ਹਾਈ ਕਮਾਂਡ ਦੱਸੂ ਉਵੇਂ ਅਸੀਂ ਉਹਦੇ ਮਗਰ ਹਾਂ, ਅਸੀਂ ਤਿਆਰ ਬੰਦੇ। ਆਵਾਜ਼ ਕੌਮ ਟੀਵੀ ਦੇਖ ਰਹੇ ਹੋ ਤੁਸੀਂ। ਅੱਜ ਅਸੀਂ ਪਹੁੰਚੇ ਮਾਨਸਾ ਜ਼ਿਲ੍ਹੇ ਦੇ ਪਿੰਡ ਬਾਣਾਵਾਲੀ ਥਰਮਲ ਪਲਾਂਟ ਦੇ ਗੇਟ 'ਤੇ ਜਿਹੜਾ ਧਰਨਾ ਲੱਗਿਆ ਹੋਇਆ। ਇੱਥੇ ਪਹੁੰਚੇ ਜਿਹੜੇ ਨੌਜਵਾਨ ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਮੱਝੇ ਵਾਲੇ ਜਿਹੜਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਕੀ ਮੁੱਦੇ ਜੇਕਰ ਮੀਟਿੰਗ ਨਾ ਬੁਲਾਈ ਰੂਪ ਰੇਖਾ ਜੀ ਅੱਗੇ ਇਹੀ ਹੈ ਜਿੰਨਾ ਟਾਈਮ ਸਾਡਾ ਜਿਹੜਾ ਅਸੀਂ ਆਰਡੀਨੈਂਸਾਂ ਬਾਰੇ ਇੱਥੇ ਸੰਘਰਸ਼ ਕਰ ਰਹੇ ਹਾਂ। ਅੱਜ ਕੱਲ੍ਹ ਅੱਜ 8 ਤਰੀਕ ਸੀ, ਅੱਜ ਇਹਨਾਂ ਦੇ ਫੈਸਲੇ ਸੀਗੇ, ਇਹਨਾਂ ਨੇ ਮੀਟਿੰਗਾਂ ਯੂਨੀਅਨ ਜਥੇਬੰਦੀਆਂ ਨੇ ਜੋ ਵੀ ਕੀਤਾ ਰੱਦ ਕਰਿਆ, ਨਹੀਂ ਕਰਨਾ ਚਾਹੁੰਦੇ ਵੀ ਜੋ ਵੀ ਫੈਸਲਾ ਮੋਦੀ ਦਾ ਸਭ ਦੇ ਸਾਹਮਣੇ ਕਰੇ, ਉਹ ਪਹਿਲਾ ਫੈਸਲਾ ਕਰੇ ਅਦਾਲਤ 'ਚ। ਜਿੰਨਾ ਟਾਈਮ ਸਾਡਾ ਸੰਘਰਸ਼ ਚੱਲਦਾ ਅਸੀਂ ਬੈਠੇ ਹਾਂ, ਜਿੰਨਾ ਟਾਈਮ ਇਹ ਫੈਸਲੇ ਰੱਦ ਨਹੀਂ ਹੁੰਦੇ ਅਸੀਂ ਉਨਾ ਟਾਈਮ ਆਪਦਾ ਸੰਘਰਸ਼ ਜਾਰੀ ਰੱਖਾਂਗੇ। ਅਸੀਂ ਇੱਕ ਤਾਣ ਕਹਿੰਦੇ ਕੁਰਬਾਨੀਆਂ ਦੇਣ ਨੂੰ ਤਿਆਰ ਹਾਂ, ਅਸੀਂ ਮਰ ਮਿਟਣ ਨੂੰ ਵੀ ਤਿਆਰ ਹਾਂ, ਅਸੀਂ ਮਰ ਜਾਂਗੇ, ਮੱਚ ਜਾਂਗੇ ਇੱਥੇ ਜਿੰਨਾ ਟਾਈਮ ਸਾਡਾ ਫੈਸਲਾ ਕੋਈ ਨਹੀਂ ਹੁੰਦਾ। ਇੱਕ ਜਿਹੜਾ ਲੱਖੋਵਾਲ ਦੀ ਕਿਸਾਨ ਜਥੇਬੰਦੀ ਸੀ ਉਹਨੂੰ ਸਸਪੈਂਡ ਕੀਤਾ ਗਿਆ, ਉਹਨੂੰ ਤੁਸੀਂ ਕਿਵੇਂ ਦੇਖ ਰਹੇ ਹੋ, ਸਹੀ ਫੈਸਲਾ ਲਿਆ ਗਿਆ ਜਾਂ ਕੀ ਗੱਲ? ਉਹ ਜੀ ਬਿਲਕੁਲ ਸਹੀ ਫੈਸਲਾ ਲਿਆ, ਜੋ ਕਿ ਜਿਹੜਾ ਗੱਦਾਰ ਹੁੰਦਾ ਜਾਂ ਕੁਛ ਵੀ ਜਿਹੜਾ ਬੰਦਾ ਵਿਕਿਆਊ ਹੋ ਜਾਵੇ, ਯੂਨੀਅਨ ਨਾ ਇੰਨੇ ਲੋਕ ਮਗਰ ਆ ਗਏ ਸੀਗੇ, ਉਹ ਬੰਦਾ ਇਕੱਲਾ ਝੂਠਾ ਪੈ ਗਿਆ, ਇੱਕ ਬੰਦਾ ਝੂਠਾ ਪੈ ਕੇ 150 ਮਗਰ ਜਿੰਨੇ ਬੰਦੇ 1000-1500 ਬੰਦਾ ਹੁੰਦਾ ਸਭ ਨੂੰ ਝੂਠਾ ਪਾ ਗਿਆ, ਉਹ ਬਿਲਕੁਲ ਸਹੀ ਫੈਸਲਾ ਲੈ ਗਿਆ। ਜਿਹੜਾ ਧਰਨੇ ਪ੍ਰਦਰਸ਼ਨ ਵਿੱਚ ਨੌਜਵਾਨਾਂ ਦੀ ਗਿਣਤੀ ਥੋੜ੍ਹੀ ਘੱਟ ਹੁੰਦੀ ਹੈ ਬਜ਼ੁਰਗਾਂ ਦੇ ਨਾਲੋਂ, ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਨੌਜਵਾਨਾਂ? ਮੈਂ ਨੌਜਵਾਨਾਂ ਨੂੰ ਇਹੀ ਕਹਿਣਾ ਚਾਹੁੰਦਾ ਜੀ ਵੀ ਮੈਂ ਰੋਜ਼ ਬੋਲਦਾ ਸਪੀਕਰ 'ਚ ਵੀ ਨੌਜਵਾਨ ਜਿੰਨੇ ਇੱਥੇ ਆਉਂਦੇ ਆ, ਬਜ਼ੁਰਗ ਬਹੁਤ ਜ਼ਿਆਦਾ, 70% ਬਜ਼ੁਰਗ ਹੁੰਦੇ, 30% ਨੌਜਵਾਨ ਹੁੰਦੇ ਆ, ਵੀ ਨੌਜਵਾਨ ਜਿਹੜੇ ਘਰੇ ਲੋਕੇ ਬੈਠੇ ਆ, ਜਿਹੜੇ ਕਹਿ ਦਿੰਦੇ ਆ ਵੀ ਯਾਰ ਸਾਡੇ ਦਾਦੇ ਪੜਦਾਦੇ ਗਏ ਹੋਏ ਅਸੀਂ ਕੀ ਲੈਣਾ, ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਦਾਦੇ ਪੜਦਾਦਿਆਂ ਨੇ ਸਾਡੇ ਨੂੰ ਬਹੁਤ ਸੇਵਾ ਕਰ ਲਈ, ਬਹੁਤ ਟਾਈਮ ਇਹਨਾਂ ਨੇ ਆਪਣਾ ਹੁਕਮ ਨਿਭਾ ਲਿਆ, ਵੀ ਹੁਣ ਸਾਡਾ ਟਾਈਮ ਆਉਂਦਾ ਵੀ ਅੱਗੇ ਆਓ, ਵੱਧ ਤੋਂ ਵੱਧ ਏਕਾ ਕਰੋ, ਏਕੇ ਬਿਨਾਂ ਕੋਈ ਹੱਲ ਨਹੀਂ ਹੋਣਾ। ਇੱਕ ਜਿਵੇਂ ਆਪਾਂ ਦੇਖਦੇ ਹਾਂ ਜਿੱਥੇ ਕੋਈ ਕਲਾਕਾਰਾਂ ਦੁਆਰਾ ਧਰਨਾ ਪ੍ਰਦਰਸ਼ਨ ਕੀਤਾ ਜਾਂਦਾ ਹੈ, ਉੱਥੇ ਨੌਜਵਾਨਾਂ ਦੀ ਗਿਣਤੀ ਬਹੁਤ ਜ਼ਿਆਦਾ ਹੁੰਦੀ ਹੈ, ਤਾਂ ਤੁਹਾਨੂੰ ਕੀ ਲੱਗਦਾ ਉਹ ਕਿਤੇ ਕਲਾਕਾਰ ਦੇਖਣ ਚਲੇ ਜਾਂਦੇ ਨੇ ਜਾਂ ਕਿ ਇਸ ਚੀਜ਼ ਨੂੰ ਲੈ ਕੇ ਸੁਚੇਤ ਨੇ? ਅੱਜ ਕੱਲ੍ਹ ਤਾਂ ਜਿਹੜਾ ਟਾਈਮ ਆਈ ਨੌਜਵਾਨ ਕਲਾਕਾਰਾਂ ਨੂੰ ਜ਼ਿਆਦਾ ਸੁਣਦੇ ਆ, ਇਹ ਕੋਈ ਮੈਂ ਇਹਨਾਂ ਨੂੰ ਇਹੀ ਗੱਲ ਕਹਿਣਾ ਵੀ ਤੁਸੀਂ ਕਲਾਕਾਰਾਂ ਮਗਰ ਵੀ ਜਾਓ, ਇਹ ਗੱਲ ਨਹੀਂ ਹੈਗੀ, ਪਰ ਵੀ ਤੁਸੀਂ ਕਿਸਾਨੀ ਤੌਰ 'ਤੇ ਵੀ ਲੜੋ। ਹੁਣ ਜ਼ਿਆਦਾ ਇਕੱਠ ਤਾਂ ਕਲਾਕਾਰਾਂ 'ਚ ਹੀ ਹੁੰਦਾ ਵੀ ਕਲਾਕਾਰਾਂ ਨੂੰ ਵੀ ਇਹੀ ਕਹਿੰਦੇ ਵੀ ਤੁਸੀਂ ਜ਼ਿਆਦਾਤਰ ਕਲਾਕਾਰ ਵੱਧ ਤੋਂ ਵੱਧ ਬੇਨਤੀ ਹੈ ਵੀ ਧਰਨੇ 'ਤੇ ਬੈਠਣ, ਆ ਕੇ ਲੋਕਾਂ 'ਚ ਬੈਠਣ, ਕਿਸਾਨਾਂ 'ਚ ਬੈਠਣ, ਤਾਂ ਜੋ ਨੌਜਵਾਨਾਂ ਦਾ ਆਪਣਾ ਇਕੱਠ ਦਿਖਾਓ ਇੱਥੇ ਇੱਕਾ ਕਰੋ ਆ ਕੇ। ਹਾਂਜੀ, ਜਿਹੜਾ ਮੋਦੀ ਸਰਕਾਰ ਵੱਲੋਂ ਆਰਡੀਨੈਂਸ ਲੈਂਦੇ ਗਏ, ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਬਾਕੀ ਬਾਈ ਜੀ ਨੇ ਦੱਸ ਹੀ ਦਿੱਤਾ, ਜਦੋਂ ਤੱਕ ਇਹ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਅਸੀਂ ਇੱਥੋਂ ਧਰਨਾ ਇਸੇ ਤਰ੍ਹਾਂ ਦਿੰਦਾ ਰਹਾਂਗੇ, ਇੱਥੇ ਆਪਦੀਆਂ ਜਾਨਾਂ ਵੀ ਦੇਵਾਂਗੇ, ਸਭ ਕੁਛ ਕਰਾਂਗੇ ਅਸੀਂ। ਬਾਈ ਜੀ ਨੇ ਜਿਵੇਂ ਆਪਾਂ ਨੂੰ ਪਹਿਲਾਂ ਦੱਸ ਹੀ ਦਿੱਤਾ ਅਤੇ ਸਾਰੀਆਂ ਗੱਲਾਂ ਦਾ ਆਪਾਂ ਨੂੰ ਪਤਾ ਲੱਗ ਹੀ ਗਿਆ, ਜਿਵੇਂ ਜੇ ਕੋਈ ਨਾ ਕੋਈ ਗੱਲ ਮੋਦੀ ਤੱਕ ਪਹੁੰਚਦੀ ਦਿਸੀ ਤਾਂ ਸਾਨੂੰ ਸੰਘਰਸ਼ ਹੋਰ ਤੇਜ਼ ਕਰਨਾ ਪਊ। ਥਰਮ ਪਲਾਟ ਇਹ ਜਿਹੜੇ ਮੋਦੀ ਸਰਕਾਰ ਨੇ ਬਿੱਲ ਲਿਆਂਦੇ ਆ, ਪਹਿਲਾਂ ਤਾਂ ਮੈਂ ਇਹੀ ਕਹਿਣਾ ਚਾਹੁੰਦਾ ਵੀ ਆਪਣੇ ਬਹੁਤ ਚਿਰ ਹੋ ਗਿਆ ਧਰਨੇ ਲੱਗਦੇ ਨੂੰ, ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਹੁਣ ਆਰਡੀਨੈਂਸ ਨਹੀਂ ਰਹੇ, ਇੱਕ ਬਿੱਲ ਬਣ ਗਈ, ਕਿਉਂਕਿ ਜਿਹੜਾ ਰਾਸ਼ਟਰਪਤੀ ਦੀ ਸਾਈਨ ਸੀ ਅਤੇ ਮੋਹਰ ਆ ਉਹ ਲੱਗ ਚੁੱਕੀ ਆ ਅਤੇ ਇਹ ਹੁਣ ਬਿੱਲ ਬਣ ਚੁੱਕਿਆ। ਮੈਂ ਕਿਸਾਨਾਂ ਨੂੰ ਇਹੀ ਦੱਸਣਾ ਚਾਹੁੰਦਾ ਵੀ ਇਹ ਕਿਸਾਨ ਮਾਰੂ ਨੇ, ਆਪਾਂ ਨੇ ਸਾਰੇ ਕਿਸਾਨਾਂ ਨੂੰ ਪਤਾ ਹੈਗੇ ਵੀ ਹੁਣ ਜਿਹੜੇ ਬਿੱਲ ਨੇ ਇਹਨਾਂ ਨੇ, ਮਤਲਬ ਵੀ ਆਪਾਂ ਨੂੰ ਪਤਾ ਤਾਂ ਲੱਗ ਗਿਆ ਵੀ ਇਹ ਬਿੱਲ ਹੁਣ ਇਹਨਾਂ ਦਾ ਮਤਲਬ ਕੀ ਹੈ ਵੀ ਇੱਕ ਦੇਸ਼ ਇੱਕ ਮੰਡੀ ਜਿਹੜੀ ਮਤਲਬ ਵੀ ਇਹਨਾਂ ਨੇ ਬਣਾਈ ਹੋਈ ਹੈ, ਵੀ ਉਹ ਇਹਦੇ ਵਿੱਚ ਇਹ ਦੱਸ ਰਹੇ ਆ ਵੀ ਜਿਹੜਾ ਬੰਦਾ ਜਿਹੜਾ ਕਿਸਾਨ ਹੈ ਵੀ ਉਹ ਆਪਦੀ ਫਸਲ ਇੱਥੋਂ ਵੱਢ ਕੇ ਦੂਜੇ ਦੇ ਜਿਹੜੇ ਮਤਲਬ ਵੀ ਅਰੁਣਾਚਲ ਜਾਂ ਉੜੀਸਾ ਦੇ ਪ੍ਰਦੇਸ਼ ਨੇ ਉਹਨਾਂ ਵਿੱਚ ਵੇਚ ਸਕਦਾ। ਹੁਣ ਆਪਾਂ ਨੂੰ ਪਤਾ ਵੀ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ ਉਹ ਕੋਈ 2.5 ਏਕੜ ਵਾਲਾ, ਕੋਈ 5 ਏਕੜ ਵਾਲਾ, ਹੁਣ ਜਿਹੜਾ ਉਹ 2.5 ਏਕੜ ਵਾਲਾ ਜਾਂ 5 ਏਕੜ ਵਾਲਾ, ਮਤਲਬ ਵੀ ਉਹਦੇ ਕੋਲ ਆਪਦਾ ਕੋਈ ਟਰੈਕਟਰ ਨਹੀਂ, ਕੋਈ ਸਾਧਨ ਨਹੀਂ, ਉਹ ਬੰਦਾ ਉਹ ਕਿਸਾਨ ਕਿਸੇ ਦਾ ਟਰੈਕਟਰ ਮੰਗ ਕੇ ਅਤੇ ਆੜ੍ਹਤੀਆਂ ਤੋਂ ਤੇਲ ਲੈ ਕੇ ਉਹ
जिहड़ा 5 किलोमीटर मंडी या 10 किलोमीटर तक दा खर्चा नहीं झल सकदा जिहड़ा किसान वह बाहरले प्रदेशों के अरुणाचल उड़ीसा के प्रदेशों में कित्थों आपदी फसल बेच दूगा। उस बाद इन्हें आख्या सीगा भी कहना भी जिहड़ा बिजली सोध बिल हैगा 2020 ते 2020 बिल नाल इन्हें जिहड़ी अपने सरकारी बिजली वह तोड़ देनी है ते प्राइवेट घराणे नूं बिजली सौंप देनी है। वह किवें जिहड़े अज्ज लोगों ने मूहरे होकर मोटर लवाईआं ने उन्हां दे एक बिल बना देणगे भी वह बिल होगा शुरू 16,000 रुपये तो चाहे वह यूनिटां दे हिसाब नाल नहीं हो वह सीधा 16,000 तो बिल शुरू होगा। जिन्ना तुसीं खर्चोगे वह एक अजा मतलब भी मीटर लाया जाऊगा भी जे तुसीं एक घंटा वरतोगे तो वह 16,000 ही लाया जाऊ थोड़े तो भी उदू घट नहीं लिया लिया जाता। ये जिहड़े हुण सियासी लीडर ने कहना चाहुंदे भी असीं किसानां दे पक्ष च आ जिहड़े मतलब भी सियासी लीडर ये कहना चाहुंदे आ भी जिहड़े मतलब अकाली दल जां कांग्रसी है उन्हां ने ट्रैक्टर फूके सीगे ते अज्ज उह बंदे कहिंदे सी किसान दे पुत आ। मैनूं ये दस दिओ मतलब भी किहड़ा किसान दा पुत ट्रैक्टर ते सोफे ला के रैलियां कढ़दा ये इन्हां दा कोई किसानां दे पक्ष च नहीं ये इन्हां दा अंदोलन खराब करन दा क्योंकि पहलां भी इन्हां दे जदों लोगों ने जमीना जिहड़े किसान जथेबंदियां सी उन्हां ने जमीना रोक मतलब भी कब्जे छड़ाउणे सी पहलां भी इन्हां ने अंदोलन फेल करन दे वास्ते इन्हां ने ये रैलियां कढ़ियां जिते हुण भी ये अंदोलन फेल करन वास्ते अज्ज रैलियां कढ रहे जिहड़ा राजनीतिक पार्टियां वल्लों भी जिहड़ा धरना प्रदर्शन किया जाता जिवें कांग्रेस पार्टी होगी अकाली दल पार्टी होगी बीबा हरसिमरत कौर बादल ने अस्तीफा दिता है तो तुसीं उन्हां नूं किवें देखदे हो किसान हितैषी हैगे है जां इक ड्रामा कर रहे जां की है? ये भाई जी सारा एक ड्रामा गा कोई किसान हितैषी नहीं इन्हां तां आपदा वोटां दा जिहड़ा 2022 दे विच आउणियां ने वो आपदी पार्टी की साख बचाउण वास्ते अकाली दल ते कांग्रेस लगी हुई आ। हुण राहुल गांधी नूं पंजाब दे विच आउण दी की लोड़ सी जो अपना बिल ही दिल्ली के लागू है फिर उत्थे क्यों नहीं उन्हें करया ये सारा इन्हां दी मिली भुगता इन्होंने किसान मारू जिहड़े मतलब ये बिल आया इन्हां दे विच इन्हां दी साझेदारी इन्हां दी कंपनियां वड्डे कोऑपरेटिव घराणे आ इन्हां दा मिली भुगता है। जेकर हुण केंद्र सरकार ने जल्दी किसानां दीआं मंगां नहीं मन्नियां तां तुहानूं की लगदा अगे संघर्ष की की रूपरेखा होनी चाहिए अगे की करना चाहिए किसानां नूं? इह संघर्ष तां भाई जिन्ना चिर इह कोई इहदा हल नहीं हुंदा उन्ना चिर तां इह चलणा है। बाकी जिवें साढ़े प्रधान जां उत्थां हाई कमांड दसू उवें असीं उहदे मगर आ असीं तैयार वरत्या सानूं जदों भी आखणगे सद्दा आऊगा असीं उवें इहनां दे कहने ते पूरने पावांगे।